ਆਵੇ ਮਗਦੇ ਹੋ ਰਹੇ, ਠੰਡੀ ਜਾਨ ਹੋ ਰਹੀ ਅੰਗਿਆਰ ਦੀ ਸੀ। ਐਸੀ ਠੰਡ ਵਿੱਚ ਠੰਡ ਦਸ਼ਮੇਸ਼ ਜੀ ਦੀ ਠੰਡੇ ਬੁਰਜ ਵਿੱਚ ਸਮਾਂ ਗੁਜ਼ਾਰ ਰਹੀ ਸੀ। ਕਦੇ ਪੁੱਤ ਤੇ ਵਰਤਿਆਂ ਸੋਚਦੀ, ਕਦੇ ਪੋਤਿਆਂ ਵੱਲ ਝਾਤੀ ਮਾਰ ਰਹੀ ਸੀ। ਭਰੇ ਭਰੇ ਸਨ ਨੈਣ ਬੁੱਢੇ, ਦੁੱਖ ਛਾਬਿਆਂ ਦੇ ਤੋਲ ਰਹੀ ਸੀ। ਠੰਡੇ ਬੁਰਜ ਅੰਦਰ ਬੈਠੀ ਮਾਤਾ ਕੁਛ ਇਸ ਤਰ੍ਹਾਂ ਬੋਲ ਰਹੀ ਸੀ, ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ, ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ। ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲਾਂ ਮੈਂ ਪਤੀ ਦਿੱਤਾ, ਫਿਰ ਮੈਂ ਪਿਤਾ ਦਿੱਤਾ, ਹੁਣ ਮੌਤ ਮੈਨੂੰ ਆਖਦੀ ਹੈ ਚੱਲ ਗੁਜਰੀ ਗੁਜਰੀ ਗੁਜਰੀ। ਲੋਕ ਮੈਨੂੰ ਤਾਂ ਹੀ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ, ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ। ਸੁਖਿਤਰਾ ਕਿਤੇ ਬੜੇ ਹੀ ਭਾਵੁਕ ਜੋ ਦ੍ਰਿਸ਼ ਨੇ ਉਹ ਬਣ ਜਾਂਦੇ ਆ ਕਿ ਕਿਸ ਤਰ੍ਹਾਂ ਕੀ ਕੁਝ ਇਸ ਠੰਡੇ ਬੁਰਜ ਨੇ ਉਸ ਸਮਿਆਂ 'ਚ ਦੇਖਿਆ ਹੋਊਗਾ। ਇਹ ਉਹ ਠੰਡਾ ਬੁਰਜ ਕਹਿੰਦੇ ਆ ਜਿੱਥੇ ਗਰਮੀਆਂ ਦੇ ਵਿੱਚ ਵੀ ਠੰਡੀਆਂ ਹਵਾਵਾਂ ਵਗਦੀਆਂ ਸਨ, ਅਤੇ ਉਸ ਵਕਤ ਜੋ ਇਹ ਸਰਦੀਆਂ ਨੇ ਜੋ ਇੱਕ ਤਰ੍ਹਾਂ ਵਜ਼ੀਰ ਖਾਨ ਵੱਲੋਂ ਸਜ਼ਾ ਦੇ ਰੂਪ ਦੇ ਵਿੱਚ ਮਾਤਾ ਗੁਜਰੀ ਕੌਰ ਜੀ ਨੂੰ ਆਪਣੇ ਦੋ ਛੋਟੇ ਪੋਤਿਆਂ ਦੇ ਨਾਲ, ਸਾਹਿਬਜ਼ਾਦਿਆਂ ਦੇ ਨਾਲ ਇੱਥੇ ਰੱਖਿਆ ਗਿਆ ਹੋਊਗਾ, ਤਾਂ ਤੁਸੀਂ ਸੋਚੋ, ਸੋਚ ਕੇ ਤੁਹਾਡੀ ਰੂਹ ਕੰਬ ਜੂਗੀ ਕਿ ਆਪਾਂ ਘਰਾਂ 'ਚ ਸਰਦੀਆਂ 'ਚ ਕੰਬਲ ਰਜਾਈਆਂ ਲੈ ਕੇ ਪਹਿਨੇ ਹਾਂ, ਅਤੇ ਉਸ ਵਕਤ ਕੁਛ ਉੱਪਰ ਲੈਣ ਨੂੰ ਨਹੀਂ ਹੋਣਾ, ਅਤੇ ਕਿਸ ਤਰ੍ਹਾਂ ਸਿਰਫ ਗਰਾਸ ਦੁੱਧ ਦੇ ਸਹਾਰੇ ਅਤੇ ਮਾਤਾ ਗੁਜਰੀ ਨੇ ਆਪਣੇ ਪੋਤਿਆਂ ਦੇ ਨਾਲ ਕਿਵੇਂ ਉਹ ਸਮਾਂ ਗੁਜ਼ਾਰਿਆ ਹੋਣਾ, ਕਿਵੇਂ ਠੰਡੇ ਬੁਰਜ ਦੀਆਂ ਉਹ ਰਾਤਾਂ ਹੰਡਾਈਆਂ ਹੋਣੀਆਂ। ਸੋ ਅੱਜ ਉਹੀ ਦਿਨਾਂ ਨੂੰ ਯਾਦ ਕਰਦਿਆਂ ਹੋਇਆਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਇੱਥੇ ਆਉਂਦੇ ਨੇ। ਸੋ ਗੱਲਬਾਤ ਕਰਦੇ ਹਾਂ ਅੱਜ ਦੇ ਦਿਨ ਬਾਰੇ, ਛੋਟੇ ਪਿਆਰੇ ਬੱਚੇ ਕੋਲ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 26 ਦਸੰਬਰ ਹੈ। ਅੱਜ ਦੇ ਦਿਨ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ, ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਉਮਰ 7 ਸਾਲ ਸੀ, ਅਤੇ ਬਾਬਾ ਜ਼ੋਰਾਵਰ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਸੀ। ਬੱਚਿਆਂ ਨੇ ਕਹਿੰਦਾ ਸਿੱਖੀ ਸਥਾਨ 'ਤੇ ਬਣੇ ਰਹਿਣ ਅਤੇ ਸਿੱਖਾਂ ਦੇ ਨਾਲ ਜੁੜੇ ਰਹਿਣ। ਗੱਲਬਾਤ ਕਰਦੇ ਹਾਂ ਕੁਝ ਹੋਰ ਨੰਨੀਆਂ ਜਿੰਦਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 26 ਦਸੰਬਰ ਹੈ। ਅੱਜ 9 ਸਾਲ ਦੇ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਸ਼ਹੀਦ ਹੋਏ ਸਨ। ਤੇ ਪੁੱਤ ਸੋਚ ਕੇ ਕਿਵੇਂ ਲੱਗਦਾ ਵੀ ਐਡੀ ਠੰਡ ਦੇ ਵਿੱਚ ਠੰਡੇ ਬੁਰਜ ਵਿੱਚ ਰਹੇ ਸੀਗੇ, ਸੋਚ ਕੇ ਦਿਲ 'ਚ ਕੁਛ ਹੁੰਦਾ ਹੈ ਨਾ, ਦਿਲ ਕੰਬਦਾ ਹੋਣਾ ਨਾ, ਹੁਣ ਆਪਾਂ ਵਧੀਆ ਸਿੱਖ ਬਣ ਕੇ ਰਹਿਣਾ ਹੈ, ਹਮੇਸ਼ਾ ਦਸਤਾਰ ਸਿਆਣੀ ਹੈ, ਕੇਸ ਰੱਖਣੇ ਹਮੇਸ਼ਾ। ਚਲ ਚਲ, ਕਿਵੇਂ ਲੱਗਦਾ ਜੀ ਤੁਸੀਂ ਵੀ ਦਾਦੀ ਮਾਂ ਬਣੇ ਹੋਵੋਗੇ ਵੀ ਪੋਤਿਆਂ ਨੂੰ ਇੱਦਾਂ ਦੇਖਣਾ ਠੰਡ ਦੇ ਵਿੱਚ, 9 ਸਾਲਾ ਪੋਤਾ 7 ਸਾਲਾ ਪੋਤਾ, ਮਨ 'ਚ ਉਸ ਦਾਦੀ ਮਾਂ ਦੇ ਕੀ ਆਇਆ ਹੋਣਾ, ਥੋੜ੍ਹਾ ਸਾਂਝਾ ਕਰੋ, ਕਿਵੇਂ ਮਹਿਸੂਸ ਹੋਇਆ? ਜਿਵੇਂ ਵੇਖ ਕੇ ਰੂਹ ਕੰਬਦੀ, ਹਾਂਜੀ ਬਹੁਤ ਦੁੱਖ ਵਾਲੀ ਗੱਲ ਹੈ। ਹਾਂਜੀ, ਠੰਡੇ ਬੁਰਜ 'ਚ ਤਾਂ ਰੱਖਿਆ, ਠੰਡੇ ਬੁਰਜ ਵਿੱਚ ਰੱਖਿਆ, ਹਾਂ ਇੱਕ ਸਜਾ ਯਾਤਨਾ ਸਜਾ, ਹਾਂਜੀ ਬਹੁਤ ਜੀ, ਹਾਂਜੀ। ਫਿਰ ਬੜੀ ਪਿਆਰੀ ਬੱਚੀ ਕੋਲ ਖੜੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਐਮ ਅਕਸ਼ਪ੍ਰੀਤ। ਅਸੀਂ ਤੁਹਾਡੀ ਏਜ ਕਿੰਨੀ, ਉਮਰ ਕਿੰਨੀ ਹੈ? ਆਈ ਏਜ 10 ਇਅਰਸ ਓਲਡ। ਤੁਹਾਨੂੰ ਪਤਾ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਦੇ ਨਾਮ ਤੇ ਉਮਰ ਕੀ ਸੀ? ਜ਼ੋਰਾਵਰ ਸਿੰਘ ਜੀ ਦੀ 9 ਸਾਲ ਔਰ ਫਤਿਹ ਸਿੰਘ ਜੀ ਦੀ 7 ਸਾਲ। ਤਾਂ ਛੋਟੇ ਬੱਚੇ ਅੱਜ ਦੇ ਦਿਨ 26 ਤਰੀਕ ਨੂੰ ਸ਼ਹੀਦ ਹੋ ਗਏ ਸਨ ਅਮਰ ਸਿੰਘਾਂ ਦੇ, ਤੇ ਸੋਚ ਕੇ ਦਿਲ ਰੋਂਦਾ ਹੈ, ਦਰਦ ਆਉਂਦਾ ਦਿਲ ਦੇ ਵਿੱਚ। ਹਾਂਜੀ ਠੀਕ ਹੈ, ਤੇ ਤੁਸੀਂ ਵੱਡੇ ਹੋ ਕੇ ਵਧੀਆ ਸਿੱਖ ਬਣਨਾ ਹੈ? ਹਾਂਜੀ। ਚਲੋ
ਦੇਖ ਸਕਦੇ ਹੋ। ਠੰਡਾ ਬੁਰਜ, ਧੰਨ ਧੰਨ ਜਗਤ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਇਹ ਉਹ ਜਗ੍ਹਾ ਜਿਹਨੇ ਉਹ ਸਮਾਂ ਦੇਖਿਆ ਜੋ ਸ਼ਾਇਦ ਦੁਨੀਆ 'ਚ ਦੁਬਾਰਾ ਨਹੀਂ ਹੋ ਸਕਦਾ। ਜੀ ਹਾਂ, ਉਹ ਠੰਡਾ ਬੁਰਜ ਜਿੱਥੇ ਕਹਿੰਦੇ ਆ ਵੀ ਗਰਮੀਆਂ 'ਚ ਵੀ ਠੰਡੀਆਂ ਹਵਾਵਾਂ ਚੱਲਦੀਆਂ ਸਨ, ਅਤੇ ਸਰਦੀਆਂ ਦੀ ਕਿਹੋ ਜਿਹੀ ਸ਼ੀਤ ਲਹਿਰ ਹੋਊਗੀ, ਕਿਹੋ ਜਿਹਾ ਉਹ ਸਮਾਂ ਹੋਊਗਾ, ਕਿਹੋ ਜਿਹੀਆਂ ਕੁਝ ਜਿਹੀਆਂ ਰਾਤਾਂ ਹੋਣਗੀਆਂ ਜਦੋਂ ਬਜ਼ੁਰਗ ਦਾਦੀ ਮਾਂ ਆਪਣੇ ਦੋ ਛੋਟੇ ਪੋਤਿਆਂ ਦੇ ਨਾਲ, 9 ਸਾਲਾ ਜ਼ੋਰਾਵਰ ਸਿੰਘ ਜੀ, 7 ਸਾਲਾ ਬਾਬਾ ਫਤਿਹ ਸਿੰਘ ਜੀ, ਬੱਚਿਆਂ ਦੇ ਨਾਲ, ਪੋਤਿਆਂ ਦੇ ਨਾਲ ਠੰਡੇ ਬੁਰਜ ਦੀਆਂ ਠੰਡੀਆਂ ਰਾਤਾਂ 'ਚ ਵਜ਼ੀਰ ਖਾਨ ਨੂੰ ਦਿੱਤੇ ਹੋਏ ਸਜ਼ਾ ਕੱਟ ਰਹੇ ਹੋਣਗੇ। ਇਹ ਉਹ ਦਿਨ ਹੈ ਜਿਹੜਾ ਸ਼ਾਇਦ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਜਦੋਂ ਵੀ ਇਹ ਦਿਨ, ਇਹ ਸਮਾਂ, ਉਹ ਮਾਹੌਲ ਦਿਮਾਗ 'ਚ ਆਉਂਦਾ ਤਾਂ ਦਿਲ ਆਪਣੇ ਆਪ ਭਰ ਜਾਂਦਾ, ਗੱਚ ਭਰ ਆਉਂਦਾ, ਤਾਂ ਅੱਖਾਂ 'ਚ ਨੀਰ ਵਗਣਾ ਵੀ ਸੁਭਾਵਿਕ ਹੋ ਜਾਂਦਾ। ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼।